ਹਾਂਜੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਵੀ ਸਜਰੀ ਸਵੇਰ ਵਿਦ ਰਵੀ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਜੰਡਿਆਲੇ ਦੇ ਵਿੱਚ ਆ ਤੇ ਜੰਡਿਆਲੇ ਨਾਲ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਕਾਲਜ ਟਾਈਮ ਤੋਂ ਮੈਂ ਇੱਥੇ ਆ ਰਿਹਾ ਮੇਰਾ ਦੂਸਰਾਂ ਦਾ ਤੇ ਇੱਥੇ ਆ ਕੇ ਨਾ ਉਹੀ ਪੁਰਾਣੀ ਯਾਦਾਂ ਤਾਜ਼ਾ ਹੋ ਜਾਂਦੀਆਂ ਉਹ ਗਹਿਰੀ ਮੱਡੀ ਜਾਣਾ ਜਿੰਡਿਆਲੇ ਦਾ ਸਟੇਸ਼ਨ ਉਹ ਅੱਜ ਵੀ ਉਦਾਂ ਦਾ ਉਦਾਂ ਹੀ ਹੈ ਬੜਾ ਸਕੂਨ ਮਿਲਦਾ ਉਧਰ ਆ ਕੇ ਤੇ ਸਭ ਤੋਂ ਵੱਡੀ ਗੱਲ ਦੋਸਤੋ ਅੱਜ ਬਸਾਖੀ ਹੈ ਤੇ ਆਹ ਵੇਖੋ ਜੀ ਜਿੰਡਿਆਲਾ ਜਿਹੜਾ ਟਾਊਨ ਕਹ ਲੋ ਕਾਫੀ ਡਵੈਲਪ ਹੋ ਗਿਆ ਵਾ ਜਦੋਂ ਮੰਨਦਾ ਸੀ ਤੇ ਟਾਵਾ ਟਾਵਾ ਹੀ ਇੱਥੇ ਮਤਲਬ ਹੈਗਾ ਹੀ ਕੁਝ ਵੇਖਣ ਨੂੰ ਮਿਲਦਾ ਹੀ ਤੇ ਬਸਾਖੀ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਹਿੰਦੇ ਨੇ ਕਿ ਜੱਟਾਂ ਆਈ ਬਸਾਖੀ ਮੁੱਕ ਗਈ ਕਣਕਾ ਦੀ ਰਾਖੀ ਅੱਜ ਕਣਕ ਜਿਹੜੀ ਉਹ ਮਤਲਬ ਫਾਈਨਲੀ ਵੜ ਦਿੱਤੀ ਜਾਂਦੀ ਹੈ ਕਿਸਾਨ ਬੜੇ ਖੁਸ਼ ਨੇ ਤੇ ਸਾਡੇ ਪੰਜਾਬ ਚ ਵੇਹ ਵੀ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਗੁਰਦੁਆਰਿਆਂ ਚ ਸਵੇਰ ਤੋਂ ਹੀ ਜਿਹੜੀ ਇਹ ਮਤਲਬ ਪਾਠ ਤੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਸ਼ਬਦ ਕੀਰਤਨ ਚੱਲ ਰਹੇ ਨੇ ਨਗਰ ਚ ਜਿੱਦਾਂ ਜਲੂਸ ਨਿਕਲ ਰਹੇ ਨੇ ਤੇ ਬੜਾ ਖੁਸ਼ੀ ਦਾ ਮਾਹੌਲ ਹੈ ਤੇ ਜਲੇਬੀਆਂ ਜ਼ਰੂਰ ਖਾਏ ਉਹ ਰਵਾਇਤ ਹੈ ਜੀ ਵਿਸਾਖੀ ਵਾਲੇ ਦਿਨ ਜਲੇਬੀਆਂ ਖਾਣ ਦੀ ਮੇਲੇ ਲੱਗਦੇ ਹੁੰਦੇ ਸੀ ਪਹਿਲਾਂ ਹੁਣ ਵੀ ਕਈ ਥਾਵਾਂ ਤੇ ਲੱਗਦੇ ਨੇ ਪਰ ਰਵਾਇਤ ਘਟ ਗਈਆਂ ਲੋਕਾਂ ਨੇ ਜਾਣਾ ਛੱਡਤਾ ਅਸੀਂ ਤੇ ਰਾਤੀ ਹਵੇਲੀ ਚਾਹ ਤੇ ਜਲੇਬੀ ਨਾਲ ਖਾਏ ਸੀ ਤੇ ਲਓ ਜੀ ਸਵੇਰ ਦੀ ਚਾਹ ਪੀਓ ਤੇ ਆਨੰਦ ਮਾਣੋ ਖੁਸ਼ ਰਹੋ ਤੇ ਸਜ ਜਰੀ ਸਵੇਰ ਨਾਲ ਜੁੜੇ ਰਹੋ ਤੇ ਕਾਫੀ ਤੁਹਾਡਾ ਪਿਆਰ ਮਿਲ ਰਿਹਾ ਤੇ ਅਗਲੀ ਕਹਾਣੀ ਮੈਂ ਜਲਦੀ ਲੈ ਕੇ ਆਉਂਗਾ ਕਹਾਣੀ ਲਿਖ ਰਿਹਾ ਹਾਂ ਤਾਂ ਸੁਣਿਓ ਜ਼ਰੂਰ ਮੇਰੇ ਚੈਨਲ ਤੇ ਫਿਰ ਮਿਲਾਂਗੇ ਜੀ ਦੋਸਤੋ